सत श्रीकाल दोस्तों, पहुँच चुके अज तलवंडी साबो ट्रैक्टर की मंडी में। दिन बुधवार तो 6 अप्रैल हो चुका है, सीजन का जोर है। आओ थोनू ट्रैक्टर दिखाने नवे तो नवे तो पुराने मॉडल। पहला आ खड़ा सोनालिका, नवा ही लगता जमा आ बच्चा भी बैठा उत्ते। तू कल नहीं लैके आता पुत्र ट्रैक्टर? डैडी आया नाल तेरा। ते केड़ा मॉडल है? 2020 मॉडल आ। ते व्यापार तो नहीं करते, फार्मर ही हो? 2020 मॉडल है। कितना मुल मांग दो पुत्र? 6,32,000। ते ट्रैक्टर चलेगा कितना? 200 घंटे ही चलिया हाले है। ते कंडीशन किवें पई है? इंजन उंजन दा ओके पिया जमा? ट्रैक्टर दा जो तू दस गई अड़ा नवा है। ते बेच के जाएगा फिर अज? माड़ी मोटी घाट बात करेगा कि नहीं करता यार? जे कोई अपना बंदा आ गया है कर देगा। चल बहुत बहुत धन्यवाद पुत्रा। पिंड केड़ा तेरा? पिंड दस भी पूछे ही नहीं यार सच। कोट बख्तू पिंड है तेरा। ते नंबर तेरा कितना? 94644 82235। लो भी दोस्तों, देख सकते हो तुम एडे एडे जवाक छोटे छोटे ट्रैक्टर के बैठे आ। अगला दोस्तों ये आ गया स्वराज 855। 2002 मॉडल आ, 2,65,000 डिमांड आ। ट्रैक्टर साफ पिया, इंजन उंजन का वधिया पिया, टायर भी वधिया पए ने। अगला दोस्तों आ गया आयशर 2015 मॉडल आ, 2,25,000 डिमांड लिखी हुई है। ट्रैक्टर की कंडीशन दोस्तों तुसी देख सकते हो, इंजन इंजन का बहुत साफ पिया, टायर भी वधिया पए ने। अगे दोस्तों खड़ा 724, ये 92 मॉडल आ, 1,25,000 इहदी डिमांड आ। अद्धे टायर पए ने, टायर ट्रैट भी साफ आ। फिर आ गया दोस्तों अगला आयशर 2000 मॉडल आ, 1,53,000 इहदी डिमांड आ। ट्रैक्टर भी कंडीशन साफ पई, इहदी भी ठीक है मॉडल दे हिसाब नाल। अगला दोस्तों आ गया सोनालिका, इहदे कित्थे लिखिया नां नूं भाई? टेपा टूपा भी बड़ियां लिखी रखी बैठा। चल भरा तू ही दस दे किहड़ा मॉडल आ भाई? 11 मॉडल आ। ਤੇ ਕਿੰਨਾ ਕਿੰਨੀ ਡਿਮਾਂਡ ਆ ਬਈ? ਕਿੰਨਾ ਮੁੱਲ ਮੰਗਿਆ? 3,95,000 ਰੁਪਏ। 3,95,000। ਕਿਹੜਾ ਪਿੰਡ ਆ ਬਈ ਆਪਣਾ? ਮਾੜੀ ਆ ਬਈ। ਮਾੜੀ ਵਪਾਰ ਕਰਦੇ ਹੋ ਬਈ ਕਿ ਫਾਰਮਰ ਬਈ? ਖੇਤੀਬਾੜੀ ਕਰਦੇ ਹੋ? ਕਰਦਾ ਆ ਡੋਰੀਆਂ ਡੋਰੀਆਂ ਜਾਂ ਕਿ ਬਾਈ ਟੰਗੀ ਬੈਠਣ? ਬਾਈ ਟੰਗੀ ਬੈਠਾ, ਸਟੀਅਰਿੰਗ ਮੜਾਇਆ ਬਈ ਆਪਾਂ ਦੇ। ਅੱਛਾ ਸਟੀਅਰਿੰਗ ਮੜਾਇਆ ਬਈ ਹੈ, ਹੁਣੇ ਮੜਾਤਾ ਭਲਾ? ਬੇਸ਼ੱਕ ਵਿੱਚ ਨਾ, ਪਰ ਸ਼ੌਂਕ ਆ ਬਈ, ਸ਼ੌਂਕ ਆ ਹੈ। ਤੇ ਨੰਬਰ ਵਗੈਰਾ ਦੱਸ ਦਿਓ ਬਾਈ ਆਪਣਾ। 6,87,012,44। ਟਰੈਕਟਰ ਦੋਸਤੋ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਬਹੁਤ ਸੋਹਣੀ ਪਈ ਆ। ਤੇ ਅੱਗੇ ਦੋਸਤੋ ਆ ਗਿਆ ਇਹ 735, 2001 ਮਾਡਲ ਆ, 1,92,000 ਡਿਮਾਂਡ ਆ। ਟਰੈਕਟਰ ਰੰਗ ਰੂੰਗ ਦਾ ਬਹੁਤ ਸਾਫ ਪਿਆ, ਟਾਇਰ ਵੀ ਨਵਿਆਂ ਵਰਗੀ ਨੇ। ਅੱਗੇ ਦੋਸਤੋ ਆ ਗਿਆ 855, ਬਾਈ ਬੈਠੇ ਨੇ, ਕਰਦੇ ਹਾਂ ਗੱਲਬਾਤ। ਕੀ ਹਾਲ ਚਾਲ ਆ ਬਾਈ? ਵਧੀਆ ਬਾਈ। ਤੂੰ ਕਿਹੜਾ ਪਿੰਡ ਆ ਬਾਈ ਆਪਣਾ? ਸੰਦੋਹਾ। ਤੇ ਟਰੈਕਟਰ ਕਿਹੜਾ ਮਾਡਲ ਆ ਬਾਈ? 8 ਮਾਡਲ ਆ। ਕਿੰਨੀ ਡਿਮਾਂਡ ਰੱਖੀ ਆ ਭਰਾ? 3,52,000। 3,52,000। ਫਾਰਮਰ ਹੀ ਹੋ ਬਾਈ? ਨਹੀਂ ਬਾਈ, ਕੰਮ ਕਰਦੇ। ਵਪਾਰ ਹੋਰ ਵੀ ਲੈਂਦੇ ਨੇ ਟਰੈਕਟਰ? ਇੱਕੋ ਹੀ ਲਿਆਂਦਾ ਬਾਈ ਹੈ? ਹੋਰ ਇੰਜਣ ਉੰਜਣ ਦਾ, ਗੇਅਰ ਬਾਕਸ ਦਾ, ਟਰੈਕਟਰ ਪੰਪ ਦਾ ਠੀਕ ਪਿਆ? ਸਾਰਾ ਵਧੀਆ ਪਿਆ। ਨੰਬਰ ਬਾਈ ਜੀ ਆਪਣਾ ਜ਼ਰੂਰ ਦੱਸ ਦਿਓ। 9697-9400 9697-9400 ਬਹੁਤ ਬਹੁਤ ਧੰਨਵਾਦ ਵੱਡੇ ਭਾਈ। ਅਗਲਾ ਦੋਸਤੋ ਆ ਗਿਆ ਮਹਿੰਦਰਾ 265। ਇਹ ਦੋਸਤੋ ਹੈਗਾ ਮਾਡਲ ਦਾ ਕਿੱਥੇ ਲਿਖਿਆ ਹੋਇਆ, 2001 ਮਾਡਲ ਆ ਦੋਸਤੋ, ਤੇ 1,67,000 ਡਿਮਾਂਡ ਆ। ਟਰੈਕਟਰ ਦੀ ਕੰਡੀਸ਼ਨ ਆ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ, ਟਰੈਕਟਰ ਸਾਫ ਪਿਆ। ਅੱਗੇ ਦੋਸਤੋ ਫਿਰ 744 ਆ ਗਿਆ, 1994 ਮਾਡਲ ਆ, ਤੇ 1,50,000 ਡਿਮਾਂਡ ਆ ਇਹਦੀ ਵੀ। ਟਰੈਕਟਰ ਵੀ ਠੀਕ ਪਿਆ ਵੈਸੇ ਮਾਡਲ ਦੇ ਹਿਸਾਬ ਨਾਲ। ਅੱਗੇ ਦੋਸਤੋ ਆ ਗਿਆ ਫੋਰਡ 3600। ਆ ਜਾਓ ਬਾਈ ਨਾਲ ਹੀ ਕਰਦੇ ਹਾਂ ਇਹਦੀ ਗੱਲ। ਕੀ ਹਾਲ ਆ ਬਾਈ? ਕਿਹੜਾ ਪਿੰਡ ਆ ਬਾਈ ਆਪਣਾ? ਮਾਖਾ ਹਰਿਆਣਾ। ਤੇ ਕਿਹੜਾ ਮਾਡਲ ਆ ਬਾਈ ਫੋਰਡ? 93 ਮਾਡਲ ਆ। ਫਾਰਮਰ ਹੀ ਹੋ ਬਾਈ? ਫਾਰਮਰ ਹੀ ਹੋ, ਫਾਰਮਰ ਕਿਸਾਨੀ ਹੋ? ਤਿੰਨ ਵਪਾਰਕ ਤੌਰ ਤੇ ਲੈ ਕੇ ਆਉਂਦੇ ਇੱਕ। ਤੇ ਕਿੰਨੀ ਡਿਮਾਂਡ ਰੱਖੀ ਬਾਈ ਇਹਦੀ? 1,45,000। ਤੇ ਟਰੈਕਟਰ ਪੰਪ ਪੁੰਪ ਦਾ ਵਧੀਆ ਓਕੇ ਪਿਆ? ਦੂਜੇ ਕਿਹੜੇ ਕਿਹੜੇ ਲਿਆਉਂਦੇ ਬਾਈ? 60 ਫਾਰਮ। ਇਹਦੀ ਕੀ ਡਿਮਾਂਡ ਡਿਮੂੰਡ ਆ ਬਾਈ? 1,65,000। ਤੇ ਇਹ ਕਿਹੜਾ ਮਾਡਲ ਆ ਭਰਾ? 98 ਵੀਰ, ਠੀਕ ਹੈ ਬਾਈ। ਕਿਹੜਾ ਮਾਡਲ ਆ ਬਾਈ ਟਰੈਕਟਰ? 2008 ਮਾਡਲ ਆ। 2008 ਮਾਡਲ ਆ। ਕਿੰਨੀ ਡਿਮਾਂਡ ਰੱਖੀ ਆ ਬਾਈ? ਇਹ 2,70,000। 2,70,000। ਕਿਹੜਾ ਪਿੰਡ ਬਾਈ? ਪਿੰਡ ਸੰਦੋਹਾ। ਸੰਦੋਹੇ ਤੋਂ ਆਏ ਹੋ, ਵਪਾਰ ਕਰਦੇ ਹੋ ਕਿ ਬਾਈ? ਫਾਰਮਰ ਹੀ ਹੋ? ਨਾ ਫਾਰਮਰ। ਫਾਰਮਰ ਹੋ ਬਾਈ। ਤੇ ਟਰੈਕਟਰ ਬਾਈ ਪੰਪ ਪੁੰਪ ਤਾਂ ਵਧੀਆ ਪੈ ਗਿਆ? ਅੱਛਾ ਬਾਈ। ਤੇ ਆਪਣਾ ਕੰਟੈਕਟ ਨੰਬਰ ਵਗੈਰਾ ਬਾਈ ਜ਼ਰੂਰ ਦੱਸ ਦਿਓ। 6,392 4,41,100। ਟਰੈਕਟਰ ਦੋਸਤੋ ਤੁਸੀਂ ਦੇਖ ਸਕਦੇ ਹੋ ਟਰੈਕਟਰ ਸਾਫ ਪਿਆ, ਰੀਜਨਲ ਆ ਪੇਂਟ ਪੂੰਟ ਸਾਰਾ, ਟਾਇਰ ਵੀ ਵਧੀਆ ਪਏ ਨੇ ਨਵੇਂ ਵਰਗੇ ਨੇ। ਅੱਗੇ ਦੋਸਤੋ ਟਰੈਕਟਰ ਖੜਾ 855, ਇਹ 2006 ਮਾਡਲ ਆ,
3,05,000 डिमांड आ हरियाणा नंबर आ। ट्रैक्टर भी तुम देख सकते हो, टायर से जमा बिल्कुल नवे पाए हुए, बाल जे लहे नहीं हले। अगे दोस्तों 750 आ गया DI सोनालिका, ये 2007 मॉडल आ, 2,80,000 यदा रेट लिखा हुआ, डिमांड आ 2,80,000। ट्रैक्टर भी तुम देख सकते हो, कंडीशन साफ पई है। अगला दोस्तों 744 उही आ गया 22 का, तो अगे खड़ा दोस्तों फोर्ड, बहुत ही सोहना तैयार किया हुआ, मॉडिफिकेशन बहुत सोहनी की हुई है, मॉडल 90 आ, 1,35,000। पहला तो दोस्तों एयर क्लीनर देखो कि घंट लगे हुआ, तो टायर टूर बस थोड़े जे चेंज होने वाले आ, पर ट्रैक्टर के पेंट पूंट बहुत सोहना बजा हुआ। ट्रैक्टर की कंडीशन वैसे वधिया पई है इंजन उंजन पक्षों, तो देख सकते हो ये तैयार किया हुआ। अगे दोस्तों आ गया 4511, बई भी उत्ते बैठा, बई नाल ही करदे आ गलबात अपनी। बई जी किहड़ा पिंड आ बई अपना? कौलोके। तो किहड़ा मॉडल आ बई ये 4511? चाचा जी ने बताई, मैं नाल चाचा, चल असीं देख के दस दिंदे आ बई। ट्रैक्टर दोस्तों ये हैगा 97 मॉडल, 1,45,000 इहदी डिमांड आ। अगे दोस्तों आ गया एशर, ट्रैक्टर बहुत साफ पिया, भी 2013 मॉडल आ, 2,12,000 डिमांड है यदि, मगरले टायर वधिया पए ने। अगे फिर दोस्तों एचर आ, ये 99 मॉडल आ, 1,32,000 यदि डिमांड आ। ट्रैक्टर भी तुम देख सकते हो दोस्तों वधिया पिया। अगे दोस्तों आ खड़ा साने, साने कह देंगे इनू सेम 36 DI अपनी है। बई जी आ जाओ, बई जी माड़ा नेड़े जाओ, यदा एटमी बई पहली बार देखी है अभी। एक पहला तो बई ट्रैक्टर दसो, ये कि मॉडल आ जाए से, कितों का है कुछ है जानकारी? बाहर दी कंपनी दा, अपने हरियाणा ते राजस्थान च ज्यादा चलदा, हरियाणा ते राजस्थान च ज्यादा आ बई। ते इत्थे बई फिर ये सेल वास्ते लेके आऊं के? ते किन्ना मुल मल किन्ना रख्या बई, केड़ा मॉडल है? 1,62,000 ਦਿਖਾਉਣੇ ਆ ਕਈ ਖੜੇ ਆ ਲੈਣ ਚ। ਕੀ ਹਾਲ ਚਾਲ ਆ ਬਾਈ ਜੀ? ਪਹਿਲਾਂ ਠੀਕ ਬਾਈ, ਵਧੀਆ। ਤੇ ਵਪਾਰ ਕਰਦੇ ਹੋ ਬਾਈ? ਹਾਂਜੀ। ਕਿੰਨੇ ਟਰੈਕਟਰ ਲੈ ਕੇ ਆਉਂਦੇ ਬਾਈ? ਇਹ 4 ਟਰੈਕਟਰ ਲੈ ਕੇ ਆਉਂਦੇ। ਜੌਂਡੀਅਰ ਨਾਲੋਂ ਬਾਈ ਜ਼ਿਆਦਾ ਹੀ ਲੱਗਦਾ ਮੂੰਹ ਬ੍ਰੇਮਣਾ, ਸਾਰੇ ਜੌਂਡੀਅਰ ਹੀ ਲਿਆ ਕੰਮ ਕਰਦੇ ਬਾਈ, ਇਹੀ ਚੱਲੂਗਾ ਹੁਣ, ਗਾਹ ਵਾਲੇ ਸੰਦੀ ਹੋਰ ਕੋਈ ਟਰੈਕਟਰ ਫੋ ਨਹੀਂ ਪਾਉਂ। ਤਕਨੀਕ ਬਾਹਰ ਦੀ ਆ ਗਈ ਨਾ ਬਾਈ, ਬਾਹਰ ਦੀ ਆ ਗਈ, ਖਰਚਾ ਹੈ ਨਹੀਂ, ਕੋਈ ਰਿਪੇਅਰ ਹੈ ਨਹੀਂ। ਤੇ ਬਾਈ ਚਲੋ ਹੁਣ ਮਾੜਾ ਆਪਾਂ ਟਰੈਕਟਰਾਂ ਵਰਗੇ ਕਰਗੇ ਗੱਲ, ਇਹ 2008 ਮਾਡਲ ਆ, 2008 ਮਾਡਲ ਆ, ਨਾਲ ਦੇ ਟਾਇਰ ਆ, ਟੌਪ ਮਾਡਲ ਹੈ ਜੀ। ਹਾਂ, ਟੌਪ ਮਾਡਲ 'ਚ ਆ ਜਾਂਦੇ ਆ ਬਾਈ, ਇਹ ਕਾਲੇ ਢਿੱਡ ਵਾਲੇ, ਹੈ ਨਾ? ਹਾਂਜੀ ਹਾਂਜੀ। ਤੇ ਦੇਖੇ ਇਹਦਾ ਖਰਚਾ ਖੁਰਚਾ ਇਹਦਾ ਵੀ ਸਹੀ ਰਹਿੰਦਾ? ਹਾਂ ਹਾਂ ਜੀ, ਤੇਲ ਪਾਣੀ ਦਾ ਠੀਕ ਹੈ, ਉਹਨਾਂ ਨੂੰ ਘੱਟ ਹੈ, ਉਹਨਾਂ ਨੂੰ ਘੱਟ ਆ। ਤੇ 8 ਮਾਡਲ ਦੀ ਡਿਮਾਂਡ ਕਿੰਨੀ ਰੱਖੀ ਆ ਬਾਈ? ਡਿਮਾਂਡ ਇਹਦੀ 4,45 ਜੀ। 4,45, ਮਾੜੀ ਮੋਟੀ ਘੱਟ ਵੱਧ ਹੋ ਜਾਂਦੀ ਹੈ ਨਾ। ਟਰੈਕਟਰ ਦੋਸਤੋ ਦੇਖ ਸਕਦੇ ਹੋ, ਸਾਫ਼ ਪਿਆ ਇੰਜਨ ਉਂਜਨ ਦਾ, ਪੰਪ ਪੁੰਪ ਵਧੀਆ ਬਾਈ ਇਹਦਾ? ਓਕੇ ਜੀ, ਓਕੇ ਓਕੇ ਜਮਾ। ਅਗਲਾ ਦੋਸਤੋ ਇਹ ਆ ਗਿਆ 17 ਮਾਡਲ, ਇਹਦੇ ਬਾਰੇ ਵੀ ਬਾਈ ਦੱਸੋ ਮਾੜਾ ਮੋਟਾ। ਇਹ 17 ਮਾਡਲ ਹੈ ਜੀ, ਨਾਲ ਦੇ ਟਾਇਰ ਹੈ ਜੀ, ਨਾਲ ਦੇ ਟਾਇਰ ਆ, 1,500 ਘੰਟਾ ਚੱਲਿਆ ਜੀ, 1,500 ਘੰਟਾ ਚੱਲਿਆ। ਹਾਂਜੀ। ਤੇ ਡਿਮਾਂਡ ਕਿੰਨੀ ਹੈ ਬਾਈ ਜੀ? 6,25 ਜੀ। 6,25, ਤੇ ਜੇ ਕੋਈ ਇਹਦੇ 'ਚ ਕੋਈ ਰਿਆਤ ਵਗੈਰਾ ਕਿੰਨੀ ਕੁ ਹੋ ਜੂ? ਮੌਕੇ 'ਤੇ ਮਾਨਤਾਨ ਕਰ, ਮੌਕੇ 'ਤੇ ਮਾਨਤਾਨ ਹੋ ਜੂਗਾ। ਤੇ ਇਹ ਵੀ ਬਾਈ ਉੱਚਾ ਮਾਡਲ ਆ, ਤੇ ਟਰੈਕਟਰ ਬਹੁਤ ਸੋਹਣਾ ਪਿਆ ਦੋਸਤੋ, ਸਾਫ਼ ਪਿਆ, ਦੇਖ ਸਕਦੇ ਹੋ। ਅਗਲਾ ਦੋਸਤੋ ਛੋਟਾ ਆ ਗਿਆ 5204, ਇਹ ਕਿਹੜਾ ਮਾਡਲ ਆ ਗਿਆ ਬਾਈ? 11 ਮਾਡਲ ਆ ਜੀ, ਇਹ 11 ਮਾਡਲ ਆ ਗਿਆ ਹੈ। ਤੇ ਇਹਦੀ ਡਿਮਾਂਡ ਕਿੰਨੀ ਰੱਖੀ ਆ? ਇਹ ਜੀ 3,95 ਟਾਇਰ ਟੂਰ ਦੇ ਵਧੀਆ ਪਏ ਨੇ, ਹੈ ਨਾ? ਨਾਲ ਦੀ ਨੇ ਨਵੇਂ ਆ ਜੀ, ਚਾਰੇ ਨਵੇਂ ਪਵਾਏ ਹੋਏ ਆ। ਤੇ ਆ ਜਾਓ ਬਾਈ ਹੁਣ ਅਗਲੇ ਬਾਰੇ ਵੀ ਕਰਕੇ ਗੱਲ। ਅਗਲਾ ਫਿਰ 5310 ਆ ਗਿਆ ਦੋਸਤੋ, ਇਹ ਵੀ 17 ਮਾਡਲ ਹੀ ਆ ਗਿਆ ਬਾਈ, ਹੈ ਹਾਂਜੀ। ਤੇ ਇਹਦੀ ਡਿਮਾਂਡ ਕਿੰਨੀ ਆ ਬਾਈ? 6,35 ਇਹਦੀ ਵੀ 6,35 ਤੇ
ਇਹ ਪੰਜਾਬ ਨੰਬਰ ਚ ਆ ਗਿਆ ਹਨਾ ਸਾਰੀ ਪੰਜਾਬ ਨੰਬਰ ਆ ਬਈ ਬਾਕੀ ਆ ਬਚਾਲੜੇ ਦੋਨੇ ਹਰਿਆਣਾ ਨੰਬਰ ਆ ਆ ਦੋ ਜਣੀ ਕੇ ਪੰਜਾਬ ਨੰਬਰ ਦੋ ਹਰਿਆਣਾ ਨੰਬਰ ਆ ਦੋ ਪੰਜਾਬ ਨੰਬਰ ਆ ਜਿਹੜਾ ਮਾਟੋਮ ਉਹ ਵੀ ਪੰਜਾਬ ਨੰਬਰ ਹੈ ਤੇ ਬਈ ਇਹਦੀ ਗੱਲ ਕਰੀਏ ਤਾਂ ਫਿਰ ਇਹ 635 ਦਾ ਰਿਆਤ ਬਿਆਤ ਇਹਦੇ ਚ ਵੀ ਹੋ ਜੂਗੀ ਪੰਜਾਬ ਨੰਬਰ ਚ ਹਨਾ ਟੈਟੂ ਇਹਦੇ ਵੀ ਵਧੀਆ ਪਿਆ ਦੋਸਤੋ ਦੇਖ ਸਕਦੇ ਹੋ ਤੇ ਹੁਣ ਬਈ ਤੂੰ ਆਪਣਾ ਕੰਟੈਕਟ ਨੰਬਰ ਵਗੈਰਾ ਜ਼ਰੂਰ ਦੱਸ ਦੇ ਆਪਣਾ ਪਿੰਡ ਐਡਰੈਸ ਪਿੰਡ ਆਪਣਾ ਕੁੱਟੀ ਕਿਸ਼ਨਪੁਰਾ ਜੀ ਅੱਛਾ ਬਈ ਡੱਬ ਵਾਲੀ ਰੋਡ ਤੇ ਜੀ ਡੱਬ ਵਾਲੀ ਰੋਡ ਤੇ ਰਹਿ ਗਿਆ 97708 2016 ਮਾਡਲ ਆ ਤੇ 5,25,000 ਦੀ ਡਿਮਾਂਡ ਆ ਟਰੈਕਟਰ ਟਾਇਰਾਂ ਟੂਰਾਂ ਦਾ ਵਧਗਾ ਪਿਆ ਇੰਜਨ ਪੱਖੋਂ ਸਾਫ਼ ਪਿਆ ਕੋਈ ਇੰਜਨ ਤੋਂ ਰੰਗ ਨਹੀਂ ਲਿਆ ਤਰੀਟਾਂ ਨਹੀਂ ਸ਼ੋ ਦਾ ਵੀ ਪੇਂਟ ਵਧੀਆ ਪਿਆ ਗਾ ਕਿਤੇ ਕੋਈ ਟਚਿੰਗ ਫਚਿੰਗ ਨਹੀਂ ਹੋਈ ਮਗਰੈੜਾਂ 'ਤੇ ਚੜ੍ਹੇ ਹੋਏ ਆ ਕਵਰ ਵਗੈਰਾ ਟਰੈਕਟਰ ਵੀ ਬਹੁਤ ਸੋਹਣਾ ਪਿਆ ਤੋ ਆਹ ਆ ਗਿਆ 60 ਫਾਰਮ 1999 ਮਾਡਲ ਅਤੇ 2,35,000 ਡਿਮਾਂਡ ਆ ਟਰੈਕਟਰ ਦੋਸਤੋ ਦੇਖ ਸਕਦੇ ਹੋ ਮਗਰਲੇ ਟਾਇਰ ਨਵੇਂ ਵਰਗੇ ਪਏ ਨੇ ਵਧਗਾ ਅੱਗੇ ਦੋਸਤੋ ਆਹ ਇਹ ਕਿਹੜੀ ਖੜਾ ਹੁੰਦਾ ਏ ਐੱਲ ਟੀ 2015 ਮਾਡਲ 385,000 ਡਿਮਾਂਡ ਨੰਬਰ ਨਹੀਂ ਲਿਖਿਆ ਤਾਂ ਇਹਦਾ ਨਹੀਂ ਤਾਂ ਪਤਾ ਕਰਨ ਲੱਗ ਜਾਂਦਾ ਇਹ ਕਿਹਦਾ ਬਾਈ ਜੀ ਆਪਣਾ ਇਹ 385,000 ਡਿਮਾਂਡ ਵਾਲਾ ਦੋਸਤੋ ਟਰੈਕਟਰ ਇਹ ਵੀ ਵਧੀਆ ਪਿਆ ਅਗਲਾ ਦੋਸਤੋ ਆ ਗਿਆ ਸੋਨਾਲੀਕਾ 750 ਵਾਲਾ 2001 ਮਾਡਲ ਆ 2,55,000 ਡਿਮਾਂਡ ਆ ਟਰੈਕਟਰ ਸਾਫ਼ ਪਿਆ ਇੰਜਨ ਉਂਜਨ ਪੱਖੋਂ ਟੈਟੂਰ ਵੀ ਵਧੀਆ ਪਏ ਨੇ ਅੱਗੇ ਦੋਸਤੋ ਖੜੀ ਹੈ ਟਮਾਟੀ 2013 ਮਾਡਲ 455,000 ਡਿਮਾਂਡ ਆ ਪੰਜਾਬ ਨੰਬਰ ਆ ਅਤੇ ਟਰੈਕਟਰ ਇੰਜਨ ਉਂਜਨ ਦਾ ਸਾਫ਼ ਪਿਆ ਵਧੀਆ ਟਾਇਰ ਵੀ ਪੂਰੇ ਘੰਟ ਪਏ ਆ ਅੱਗੇ ਦੋਸਤੋ ਖੜਾ 35 ਵਾਲਾ ਫਾਰਮ ਟਰੈਕ ਇਹ 2004 ਮਾਡਲ ਆ ਅਤੇ 2,40,000 ਇਹਦੀ ਡਿਮਾਂਡ ਆ ਅਤੇ ਖੁਸ਼ ਕਰਨ ਇੱਧਰ ਆ ਕੇ ਟਰੈਕਟਰ ਦੀ ਇੰਜਨ ਦੀ ਕੰਡੀਸ਼ਨ ਦਿਖਾ ਦੇ ਇੰਜਨ ਉਂਜਨ ਪੱਖੋਂ ਟਰੈਕਟਰ ਬਹੁਤ ਸਾਫ਼ ਪਿਆ ਅੱਗੇ ਦੋਸਤੋ ਇਹ ਖੜਾ ਸਵਰਾਜ 960 2016 ਮਾਡਲ ਆ 485,000 ਡਿਮਾਂਡ ਆ ਇਹਦੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਦੋਸਤੋ ਟੈਟੂਰ ਵਧੀਆ ਪਏ ਨੇ ਮੂਹਰਲੇ ਵੀ ਚੰਗੇ ਪਏ ਆ ਇੰਜਨ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਰੁੰਗ ਦਾ ਸਾਫ਼ ਪਿਆ ਟਚਿੰਗ ਫਚਿੰਗ ਕਿਤੇ ਹੋਈ ਦਿਖਦੀ ਨਹੀਂ ਅੱਗੇ ਦੋਸਤੋ ਕਿਹੜਾ ਸੋਨਾਲੀਕਾ DI-35 ਵਾਲਾ 2007 ਮਾਡਲ ਇਹ ਆ ਅਤੇ 2,40,000 ਇਹਦੀ ਡਿਮਾਂਡ ਰੱਖੀ ਹੋਈ ਆ ਟਰੈਕਟਰ ਦੀ ਇੰਜਨ ਉਂਜਨ ਦੀ ਕੰਡੀਸ਼ਨ ਇਹਦੀ ਵੀ ਤੁਸੀਂ ਦੇਖ ਸਕਦੇ ਹੋ ਅਤੇ ਅੱਗੇ ਦੋਸਤੋ 750 ਵਾਲਾ ਖੜਾ ਸੋਨਾਲੀਕਾ ਇੰਟਰਨੈਸ਼ਨਲ 2018 ਮਾਡਲ ਆ 515,000 ਡਿਮਾਂਡ ਆ ਇਹਦੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਹੋ ਟਾਇਰ ਟੂਰ ਇਹਦੇ ਵੀ ਵਧੀਆ ਪਏ ਨੇ ਬਾਈਕ ਕੋਲ ਹੈ ਨਹੀਂ ਆਪਾਂ ਪੁੱਛ ਲੈਂਦੇ ਅੱਗੇ ਦੋਸਤੋ ਖੜਾ 2008 ਮਾਡਲ 60 ਫਾਰਮ 2,75,000 ਇਹਦੀ ਡਿਮਾਂਡ ਆ ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਤੁਸੀਂ ਦੇਖ ਸਕਦੇ ਹੋ ਅੱਗੇ ਬਾਈ ਬੈਠਾ ਫੋਰਡ 3230 ਆ ਇਹ ਆ ਜਾਓ ਬਾਈ ਨਾਲ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜਾ ਪਿੰਡ ਆ ਬਾਈ ਜੀ ਆਪਣਾ ਸ਼ੇਖਪੁਰਾ ਅਤੇ ਕਿਹੜਾ ਮਾਡਲ ਆ ਬਾਈ ਇਹ ਟਰੈਕਟਰ ਨਿਊ ਹਾਲੈਂਡ ਤਿੰਨ ਮਾਡਲ ਆ ਕਿੰਨੀ ਡਿਮਾਂਡ ਰੱਖੀ ਆ ਬਾਈ 1,97,000 ਟਰੈਕਟਰ ਦੋਸਤੋ ਵਧੀਆ ਇੰਜਨ ਉਂਜਨ ਦਾ ਵਧੀਆ ਪਿਆ ਬਾਈ ਪੰਪ ਦਾ ਅਤੇ ਨੰਬਰ ਬਾਈ ਜੀ ਆਪਣਾ ਨੰਬਰ ਦੱਸ ਦਿਓ ਕੰਟੈਕਟ ਨੰਬਰ 97777 87811 ਧੰਨਵਾਦ ਬਾਈ ਜੀ ਬਹੁਤ ਬਹੁਤ ਰੇਨਲ ਪਿਆ ਬਾਈ ਸਾਰਾ ਠੀਕ ਆ ਬਾਈ ਅੱਗੇ ਦੋਸਤੋ ਖੜਾ 60 ਫਾਰਮ ਇਹ ਤੇ ਵੀ ਬਾਈ ਬੈਠਾ ਆਪਾਂ ਕਰਦੇ ਆ ਕੀ ਹਾਲ ਚਾਲ ਆ ਬਾਈ ਜੀ ਕਿਹੜਾ ਪਿੰਡ ਆ ਬਾਈ ਆਪਣਾ ਗੋਬਿੰਦਪੁਰਾ ਇਹ ਆਪਣਾ ਨਹੀਂ ਆਪਣਾ ਦਾ ਹਾਲੈਂਡ ਅੱਛਾ ਬਾਈ ਹਾਲੈਂਡ ਆ ਇਹ ਕਿਹੜਾ ਮਾਡਲ ਆ ਇਹ 2012 ਮਾਡਲ ਆ ਦੋਸਤੋ 395,000 ਰੇਟ ਆ ਟਰੈਕਟਰ ਦੇ ਟਾਇਰ ਟੂਰ ਜਮਾਂ ਨਵੇਂ ਪਏ ਨੇ ਅਤੇ ਇੰਜਨ ਉਂਜਨ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਆਪਣੀ ਆ ਬਾਬਾ ਜੀ ਇਹ ਆਸ਼ਾ ਜੀ ਕਿਹੜਾ ਮਾਡਲ ਆ ਬਾਬਾ ਜੀ 13 ਮਾਡਲ ਆ ਭਾਈ 13 ਮਾਡਲ ਆ ਅਤੇ ਕੀ ਡਿਮਾਂਡ ਰੱਖੀ ਹੈ ਜੀ ਅਸੀਂ 2 ਦਾ ਵੇਚਾਂਗੇ 2 ਦਾ ਲਿਖਾਉਣੇ ਦਾ ਲਿਖਾਇਆ ਹੈ ਨਹੀਂ ਅਜੇ ਅੱਛਾ ਜੀ ਲਿਖਾਇਆ ਨਹੀਂ ਰੇਟ ਹਲੇ 2 ਮਿਲਿਆ ਤਾਂ ਵੇਚਾਂਗੇ ਨਹੀਂ ਆਪਣਾ ਆਪਣੇ ਕੋਲੇ 2 ਦਾ ਛੱਡੋਗੇ ਜੀ ਫਾਰਮਰ ਹੀ ਹੋ ਬਾਬਾ ਜੀ ਕਿਸਾਨ ਫਾਰਮਰ ਹੀ ਹੋ ਜੀ ਮੈਂ ਕਿਹਾ ਕਿਸਾਨ ਕਿ ਵਪਾਰ ਕਰਦੇ ਹੋ ਨਹੀਂ ਵਪਾਰ ਨਹੀਂ ਕਰਦੇ ਜ਼ਿਮੀਦਾਰ ਆਪਣਾ ਘਰ ਦੇ ਕੰਮ ਕਰੀ ਜੀ ਅੱਛਾ ਜੀ ਕਿਹੜਾ ਪਿੰਡ ਹੈ ਜੀ ਆਪਣਾ ਮੌੜ ਮੰਡੀ ਮੌੜ ਮੰਡੀ ਇੱਕੋ ਲੈਂਦਾ ਡਾਇਰੈਕਟਰ ਬਾਬਾ ਟ੍ਰੈਡਿੰਗ ਕੋਰ ਆ ਕਰੇ ਯਾਰ ਉਹ ਸਵਰਾਜ ਉਹ ਤਾਂ ਬਾਹੀ ਖੱਤਰ ਕਿ ਇਹ ਵੀ ਨਾਲ ਰੱਖ ਲਿਆ 2 ਸਾਲ ਹੋ ਗਏ ਇਸਕੋ ਨਾਲ ਚੱਲਦੇ ਹੀ ਅੱਛਾ ਨੰਬਰ ਬਾਬਾ ਜੀ ਹਾਂ ਨੰਬਰ ਦੱਸ ਦਿਓ ਆਪਣਾ ਟ੍ਰੈਕਟਰ ਬਾਬਾ ਬਹੁਤ ਸਾਫ਼ ਹੈ ਨੰਬਰ ਦੱਸ ਦਿਓ ਜੀ ਨੰਬਰ ਇਹਦਾ 33 ਨਹੀਂ ਨਹੀਂ ਟਰੈਕਟਰ ਦਾ ਨਹੀਂ ਜੀ ਆਪਣਾ ਫੋਨ ਨੰਬਰ ਤੁਸੀਂ 94176 54711 ਬਹੁਤ ਬਹੁਤ ਧੰਨਵਾਦ ਬਾਬਾ ਜੀ ਬਾਬਾ ਟਰੈਕਟਰ ਦਾ ਨੰਬਰ ਦੱਸਣ ਲੱਗ ਗਿਆ ਉਲਟ ਗਿਆ ਸੀ ਅਗਲਾ ਦੋਸਤੋ ਇੰਦਰਾ 265 ਇਹ ਆ 2000 ਮਾਡਲ 2,20,000 ਇਹਦੀ ਡਿਮਾਂਡ ਆ
टायर दोस्तों नवे पाए हुए आ, मूरले भी तो मगरले भी, बाल जे हले लए नहीं दोस्तों। आ देखो अगे दोस्तों खड़ा न्यू हॉलैंड 3630 2011 मॉडल आ, 4,42,000 रुपया डिमांड आ। ट्रैक्टर इंजन उंजन का भी बहुत साफ पिया, अगला दोस्तों आ गया इंडो फार्म 2019 मॉडल है, तो 4,15,000 की डिमांड आ। पावर स्टेयरिंग आ, डबल क्लच आ, ट्रैक्टर तुम देख सकते हो टायर टूर जमा नवे पे आ, इंजन पक्षों भी ट्रैक्टर पूरा साफ पिया। अगे दोस्तों 60 फार्म आ गया 99 मॉडल, 2,30,000 की डिमांड आ। टायर टूर मूहरले नवे पाए हुए हैं, तो मगरले भी अद्धा वांगू पाए ने टायर, ट्रैक्टर देख सकते हो तुम वीडियो। अगे दोस्तों 855 खड़ा, बहुत सोहनी मॉडिफिकेशन हुई हुई है, मॉडल भी उच्ची आ, 2019 मॉडल है, तो डिमांड है यदि 6,15,000। ट्रैक्टर तुम देख सकते हो कुछ कारण चारे पास घूम के दिखा दे, ट्रैक्टर के मॉडिफिकेशन बहुत हुई हुई है, टायर नवे आ, बाल जे हले लए नहीं, तो ट्रैक्टर मेरे हिसाब न चलिया भी यह घट ही होगा। देख लें आप घंटे देख लें किन्ने चलिया, 702 घंटे चलिया दोस्तों। सारा रंग रुंग बहुत सोहना पिया, कोई टचिंग फचिंग नहीं हुई, कितने स्क्रैच नहीं है, भाई ने शौक ना ही सामा लगता है भी। अगे दोस्तों इधर खड़ा 3630 हॉलैंड, यदा मॉडल आ दोस्तों 2009, तो 4,10,000 डिमांड है यदि। ट्रैक्टर तुम देख सकते हो मगरले टायर जमा नवे आ, ट्रैक्टर इंजन उंजन का साफ पिया। बुधवार की मंडी का यह वीडियो का पहला पार्ट से दोस्तों, वीडियो सानू जरूर दसो देख के किदा की लगी, तो अपनी वीडियो में शेयर भी जरूर करो होर वीडियोज़ देखने लिए, अपना चैनल कर लो सबसक्राइब, थोड़े लिए असं नवी नवी वीडियोज़ लैके आते रहने। वीडियो देखने लिए थोड़ा बहुत धन्यवाद।